ਸਤਿ ਸ਼੍ਰੀ ਅਕਾਲ ਪੰਜਾਬ ਭਾਰਤ ਅਤੇ ਅਮਰੀਕਾ ਦੀਆਂ ਇੰਗਲਿਸ਼ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕ ਮਾਤਰ ਪੋਰਟਲ ਇੰਡੀਅਨ ਟਾਈਮਸ ਡੀਲੀ .com ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਤੁਹਾਨੂੰ ਸਥਾਪਿਤ ਕਾਰੋਬਾਰ ਅਤੇ ਸਾਧਨ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਸੌਰਭ ਸ਼ਰਮਾ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਗਵਰਨਰ ਵੀ ਪੀ ਸਿੰਘ ਬੜਨੌਰ ਨੇ ਭਾਰਤ ਦੀ ਟੈਕ ਸ਼ਕਤੀ ਨੂੰ ਉਜਾਗਰ ਕਰਨ ਦੇ ਲਈ ਰਮਾਇਣਾ ਵਿੱਚ ਟੈਕ ਦਾ ਹਵਾਲਾ ਦਿੱਤਾ ਹੈ ਅਤੇ 4 ਫਾਰਮਾਂ ਤੋਂ 2 ਕਰੋੜ ਰੁਪਏ ਦੀ ਅਨਡਿਸਕਲੋਜ਼ਡ ਇਨਕਮ ਜ਼ਬਤ ਕੀਤੀ ਗਈ ਹੈ। ਭਾਰਤ ਵਿੱਚ ਪੀਐਮ ਨਰਿੰਦਰ ਮੋਦੀ ਨੇ ਜਨਕਪੁਰ ਅਤੇ ਅਯੋਧਿਆ ਦੇ ਵਿੱਚ ਇੱਕ ਬੱਸ ਸਰਵਿਸ ਸ਼ੁਰੂ ਕੀਤੀ ਹੈ ਅਤੇ ਐਸਸੀ ਕਲੋਜੀਅਮ ਨੇ ਜਸਟਿਸ ਜੋਸਫ ਨੂੰ ਐਲੀਵੇਟ ਦੇ ਆਪਣੇ ਫੈਸਲੇ ਨੂੰ ਦੁਹਰਾਇਆ ਹੈ। ਅਮਰੀਕਾ ਵਿੱਚ ਭਾਰਤ ਅਤੇ US WTO ਵਿੱਚ ਇੱਕ ਹੋਰ ਟਿਫ ਵਿੱਚ ਆ ਗਿਆ ਹੈ ਅਤੇ ਡੈਮੋਕਰੈਟਸ ਨੇ 3500 ਤੋਂ ਜ਼ਿਆਦਾ ਰਸ਼ੀਅਨ ਫੇਸਬੁੱਕ ਐਡਸ ਰਿਲੀਜ਼ ਕੀਤੇ ਹਨ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਪੰਜਾਬ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਸਟੇਟ ਗਵਰਨਰ ਵੀ ਪੀ ਸਿੰਘ ਬੜਨੌਰ ਨੇ ਕਿਹਾ ਹੈ ਕਿ ਪ੍ਰਾਚੀਨ ਕਾਲ ਵਿੱਚ ਟੈਕ ਦਾ ਇਸਤੇਮਾਲ ਐਵੀਡੈਂਟ ਸੀ ਜਦ ਭਗਵਾਨ ਰਾਮ ਨੇ ਲੰਕਾ ਪਹੁੰਚਣ ਦੇ ਲਈ ਇੱਕ ਪੁਲ ਬਣਾਇਆ ਸੀ ਅਤੇ ਕਿਹਾ ਸੀ ਉਸ ਸਮੇਂ ਦੇ ਦੌਰਾਨ ਕਈ ਐਡਵਾਂਸ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਸੀ। ਉਹਨਾਂ ਨੇ ਨੌਜਵਾਨ ਸਾਇੰਟਿਸਟ ਤੋਂ ਇਨੋਵੇਸ਼ਨ ਅਤੇ ਨੌਲੇਜ ਸਾਂਝਾ ਕਰਨ ਦੇ ਲਈ ਕਿਹਾ। ਇਨਕਮ ਟੈਕਸ ਅਧਿਕਾਰੀ ਨੇ ਸੰਗਰੂਰ ਵਿੱਚ ਲਕਸ਼ਮੀ ਟ੍ਰੇਡਰਸ ਦੀ 4 ਫਰਮਾਂ ਦੁਆਰਾ ਸਰੈਂਡਰ ਕੀਤੇ ਗਏ 2 ਕਰੋੜ ਰੁਪਏ ਦੀ ਅਨਡਿਸਕਲੋਜ਼ਡ ਇਨਕਮ ਜ਼ਬਤ ਕਰ ਲਈ ਹੈ। ਫਰਮਾਂ ਦੀ ਮੌਤ ਤੋਂ ਪਹਿਲੇ ਡਿਪਾਰਟਮੈਂਟ ਨੇ 17 ਘੰਟਿਆਂ ਦੇ ਲੰਬੇ ਸਰਵੇਖਣ ਕੀਤੇ। ਆਮ ਆਦਮੀ ਪਾਰਟੀ ਦੇ ਜਲੰਧਰ ਜ਼ਿਲ੍ਹੇ ਦੇ ਮੁੱਖ ਬੱਬੂ ਨੀਲਕੰਠ, ਸੀਐਮ ਅਮਰਿੰਦਰ ਸਿੰਘ ਅਤੇ ਸਾਬਕਾ ਸੀਐਮ ਰਾਜਿੰਦਰ ਕੌਰ ਪੱਟਲ ਦੀ ਪ੍ਰੈਜੈਂਸ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲੇ ਨੀਲਕੰਠ ਕਾਂਗਰਸ ਦੇ ਨਾਲ ਸੀ। ਉਹਨਾਂ ਦੇ ਭਰਾ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ ਕਾਂਗਰਸ ਕੌਂਸਲਰ ਹਨ। ਹੈਲਥ ਮਿਨਿਸਟਰ ਬ੍ਰਹਮ ਮਹਿੰਦਰਾ ਨੇ ਆਰੋਪ ਲਗਾਇਆ ਹੈ ਕਿ ਰਾਜ ਵਿੱਚ ਨੈਸ਼ਨਲ ਮੀਜ਼ਲਸ ਰੁਬੇਲਾ ਵੈਕਸੀਨੇਸ਼ਨ ਡਰਾਈਵ ਦੇ ਖਿਲਾਫ ਇੱਕ ਮੈਲੀਸ਼ੀਅਸ ਅਭਿਆਨ ਚੱਲ ਰਿਹਾ ਹੈ। ਇਸ ਤੋਂ ਪਹਿਲੇ ਮਹਿੰਦਰਾ WHO ਅਤੇ PGI ਦੇ ਅਧਿਕਾਰੀਆਂ ਨੇ ਚੁਕਾਇਆ ਸੀ। ਸਾਬਕਾ ਜਲੰਧਰ SADMP ਦਰਬਾਰਾ ਸਿੰਘ ਦਾ ਪਰਿਵਾਰ ਰਾਜਨੀਤਿਕ ਰੂਪ ਤੋਂ SAD ਦਾ ਸਮਰਥਨ ਕਰਨ ਵਾਲੇ ਅੱਧੇ ਮੈਂਬਰਸ ਨਾਲ ਪੋਲਰਾਈਜ਼ ਕੀਤਾ ਗਿਆ ਹੈ, ਜਦਕਿ ਬਾਕੀ ਕਾਂਗਰਸ ਦਾ ਸਮਰਥਨ ਕਰਦੇ ਹਨ। ਸਿੰਘ ਕਾਂਗਰਸ ਸਾਹਾਕੋਟ ਦੇ ਉਮੀਦਵਾਰ ਹਰਦੀਪ ਸਿੰਘ ਲਾਡੀ ਦੇ ਮਾਮਾ ਹਨ। ਕੁਝ ਪਰਿਵਾਰ ਦੇ ਮੈਂਬਰ ਲਾਡੀ ਦੇ ਲਈ ਪ੍ਰਚਾਰ ਕਰ ਰਹੇ ਹਨ, ਜਦਕਿ ਹੋਰ SAD ਉਮੀਦਵਾਰ ਨੈਬ ਸਿੰਘ ਖੋਹਰ ਦਾ ਸਮਰਥਨ ਕਰ ਰਹੇ ਹਨ। ਫਿਰੋਜ਼ਪੁਰ MP ਸ਼ੇਰ ਸਿੰਘ ਗੁਬਾਇਆ ਆਉਣ ਵਾਲੇ ਜਨਰਲ ਚੁਣਾਵ ਲੜਨਗੇ। 2016 ਵਿੱਚ ਉਹਨਾਂ ਦੇ ਬੇਟੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਾਅਦ ਗੁਬਾਇਆ ਨੇ ਲੋਅ ਪ੍ਰੋਫਾਈਲ ਰੱਖੀ ਅਤੇ ਫਾਜ਼ਿਲਕਾ MLA ਬਣ ਗਏ। ਹਾਲਾਂਕਿ ਉਹਨਾਂ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ SAD ਜਾਂ ਕਾਂਗਰਸ ਟਿਕਟ ਤੇ ਚੁਣਾਵ ਲੜਨਗੇ ਜਾਂ ਨਹੀਂ। ਸੀਐਮ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਦੇ 550ਵੇਂ ਬਰਥ ਐਨੀਵਰਸਰੀ ਦੇ ਲਈ ਕੀਤੇ ਗਏ ਇੰਤਜ਼ਾਮਾਂ ਨੂੰ ਰਿਵਿਊ ਕੀਤਾ ਹੈ। ਜੋ ਵਾਅਦਾ ਕਰਕੇ ਹਨ ਉਹ ਯਾਦਗਾਰ ਹੋਵੇਗਾ। ਸਿੰਘ ਨੇ ਸੁਲਤਾਨਪੁਰ ਲੋਧੀ ਦੇ ਫੇਸ ਲਿਫਟ ਦੇ ਲਈ ਪੂਰੇ ਦੌਰ ਦੇ ਵਿਕਾਸ ਲਈ 10 ਕਰੋੜ ਰੁਪਏ ਦਾ ਵੀ ਜੁਰਮਾਨਾ ਲਗਾਇਆ। ਪੰਜਾਬ ਪੁਲਿਸ ਨੇ ਆਤੰਕਵਾਦੀ ਮੋਡਿਊਲ ਦੇ ਸਬ ਗਰੁੱਪ ਖਾਲਿਸਤਾਨੀ ਜ਼ਿੰਦਾਬਾਦ ਦੇ 2 ਮੈਂਬਰਸ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਉਹਨਾਂ ਨੇ ਬਠਿੰਡਾ ਦੇ ਸੰਦੀਪ ਸਿੰਘ ਅਤੇ ਸਿਰਸਾ ਦੇ ਅਮਰ ਸਿੰਘ ਤੋਂ 2 ਪਿਸਟਲਸ ਅਤੇ 40 ਕਾਰਡਿਵਸ ਵੀ ਜ਼ਬਤ ਕੀਤੇ ਹਨ। ਇਹ ਪਤਾ ਚੱਲਿਆ ਹੈ ਕਿ ਦੋਨੋਂ ਵਿਦੇਸ਼ੀ ਆਧਾਰਿਤ ਖਾਲਿਸਤਾਨੀ ਹੈਂਡਲਰਸ ਦੇ ਸੰਪਰਕ ਵਿੱਚ ਸੀ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਬਿਜ਼ਨਸਮੈਨ ਆਨੰਦ ਅਹੂਜਾ ਦੀ ਹਾਲ ਹੀ ਵਿੱਚ ਸ਼ਾਦੀ ਪਾਰੰਪਰਿਕ ਆਨੰਦ ਕਾਰਜ ਸੈਰੇਮਨੀ ਵਿੱਚ ਹੋਈ ਸੀ। ਹਾਲਾਂਕਿ ਇਹ ਸਿੱਖ ਸਿਧਾਂਤਾਂ ਦੇ ਉਲੰਘਣ ਦੇ ਇੱਕ ਵਿਵਾਦ ਵਿੱਚ ਉਲਝਿਆ ਹੋਇਆ ਹੈ। 1920 ਦੇ ਦਸ਼ਕ ਵਿੱਚ ਕਾਰਲ ਮਾਰਕਸ ਦਾ ਲੇਖਨ ਪਹਿਲੇ ਪੰਜਾਬੀ ਰੀਡਰਸ ਤੱਕ ਪਹੁੰਚੇਗਾ। ਹਾਲਾਂਕਿ ਉਹਨਾਂ ਦੇ ਮੈਗਨਮ ਓਪਸ 10 ਕੈਪੀਟਲ ਦੇ ਉਹਨਾਂ ਤੱਕ ਪਹੁੰਚਣ ਦੇ ਲਈ 50 ਸਾਲ ਲੱਗੇ ਸੀ। ਮਾਰਕਸ ਦੇ ਪੰਜਾਬੀ ਰੀਡਰਸ ਨੇ ਉਹਨਾਂ ਦੇ 200ਵੇਂ ਜਨਮ ਦਿਨ ਤੇ ਉਹਨਾਂ ਦੇ ਲੇਖਨ ਨੂੰ ਯਾਦ ਕੀਤਾ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਪੀਐਮ ਨਰਿੰਦਰ ਮੋਦੀ ਨੇ ਨੇਪਾਲ ਵਿੱਚ ਜਨਕਪੁਰ ਅਤੇ ਅਯੋਧਿਆ ਦੇ ਵਿੱਚ ਆਪਣੇ ਨੇਪਾਲੀਸ ਕਾਊਂਟਰਪਾਰਟ KP ਸ਼ਰਮਾ ਓਲੀ ਦੇ ਨਾਲ ਸਿੱਧੀ ਬੱਸ ਸਰਵਿਸ ਨੂੰ ਸ਼ੁਰੂ ਕਰ ਦਿੱਤਾ ਹੈ। ਜਨਕਪੁਰ ਰਾਜਾ ਜਨਕ ਅਤੇ ਸੀਤਾ ਦਾ ਜਨਮ ਸਥਾਨ ਦੁਆਰਾ ਸ਼ਾਸਿਤ ਮਿਥਿਲਾ ਦੀ ਸਾਬਕਾ ਰਾਜਧਾਨੀ ਹੁਣ ਬੱਸ ਸਰਵਿਸ ਦੇ ਮਾਧਿਅਮ ਤੋਂ ਲਾਰਡ ਰਾਮ ਦੇ ਜਨਮ ਸਥਾਨ ਅਯੋਧਿਆ ਤੋਂ ਜੁੜੀ ਹੋਵੇਗੀ। ਸੁਪਰੀਮ ਕੋਰਟ ਨੇ ਉੱਤਰਾਖੰਡ ਹਾਈ ਕੋਰਟ ਦੇ ਮੁੱਖ ਜਸਟਿਸ KM ਜੋਸਫ ਦੀ ਐਲੀਵੇਸ਼ਨ ਦੇ ਲਈ ਆਪਣੀ ਸਿਫਾਰਿਸ਼ ਦੁਹਰਾਏ ਜਾਣ ਦੇ ਪ੍ਰਿੰਸੀਪਲ ਵਿੱਚ ਫੈਸਲਾ ਲਿੱਤਾ ਹੈ। ਸਰਕਾਰ ਨੇ ਪਿਛਲੇ ਮਹੀਨੇ ਜਸਟਿਸ ਜੋਸਫ ਦੇ ਨਾਮ ਨੂੰ ਵਾਪਸ ਕਰ ਦਿੱਤਾ ਸੀ। ਇਸ ਨੇ ਫੇਅਰ ਰੀਜਨਲ ਰਿਪ੍ਰੈਜੈਂਟੇਸ਼ਨ ਦਾ ਮੁੱਦਾ ਉਠਾਇਆ ਅਤੇ ਆਪਣੀ ਸੀਨੋਰਿਟੀ ਤੇ ਸਵਾਲ ਉਠਾਇਆ। ਇਲੈਕਸ਼ਨ ਕਮਿਸ਼ਨ ਨੇ 28 ਮਈ ਨੂੰ ਕਰਨਾਟਕਾ ਦੀ ਰਾਜੇਸ਼ਵਰੀ ਨਗਰ ਅਸੈਂਬਲੀ ਸੀਟ ਤੇ ਚੁਣਾਵ ਬੰਦ ਕਰ ਦਿੱਤਾ ਹੈ। ਇਸ ਕਦਮ ਵਿੱਚ ਕੰਸਟੀਟਿਊਐਂਸੀ ਵਿੱਚ ਇੱਕ ਫਲੈਟ ਵਿੱਚ ਕੁਝ 10,000 ਵੋਟਰ ਆਈਡੈਂਟੀਟੀ ਪੱਤਰ ਪਾਏ ਗਏ ਹਨ। ਕਸ਼ਮੀਰੀ ਲੋਕਾਂ ਦੇ ਇੱਕ ਸਮੂਹ ਨੂੰ ਸਾਊਥ ਈਸਟ ਦਿੱਲੀ ਵਿੱਚ ਇੱਕ ਮੌਬ ਨੇ ਕਥਿਤ ਤੌਰ ਤੇ ਫੈਂਕ ਦਿੱਤਾ ਸੀ, ਜਿਸ ਦੇ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੀੜਤਾਂ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਨੂੰ ਟੀਚਾ ਬਣਾਇਆ ਗਿਆ ਸੀ ਕਿਉਂਕਿ ਉਹ ਕਸ਼ਮੀਰੀ ਸੀ। ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੇ ਇੰਡੀਅਨ ਯੂਥ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਕੇਸ਼ਵ ਚੰਦ ਯਾਦਵ ਨੂੰ ਨਿਯੁਕਤ ਕੀਤਾ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਲਈ ਸ਼੍ਰੀਨਿਵਾਸ BV ਨੂੰ ਨਿਯੁਕਤ ਕੀਤਾ ਹੈ। ਯਾਦਵ ਪੰਜਾਬ ਦੇ MLA ਅਮਰਿੰਦਰ ਸਿੰਘ ਰਾਜਾ ਵਾਰਨਿੰਗ ਨੂੰ ਸਫਲ ਕਰਦੇ ਹਨ, ਜੋ ਪਿਛਲੇ 3.5 ਸਾਲਾਂ ਤੋਂ IYC ਮੁੱਖ ਰਹੇ ਹਨ। RJD ਪ੍ਰੈਜ਼ੀਡੈਂਟ ਅਤੇ ਸਾਬਕਾ ਬਿਹਾਰ ਚੀਫ ਮਿਨਿਸਟਰ ਲਾਲੂ ਪ੍ਰਸਾਦ ਯਾਦਵ
ਜਿਨ੍ਹਾਂ ਨੂੰ ਮਾਰਚ ਵਿੱਚ ਫੌਡਰ ਘੁਟਾਲੇ ਦੇ ਮਾਮਲੇ ਵਿੱਚ 14 ਸਾਲ ਦੀ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ ਉਹ 6 ਹਫ਼ਤੇ ਦੀ ਪਰਮਿਸ਼ਨ ਜ਼ਮਾਨਤ ਦਿੱਤੀ ਗਈ ਹੈ। ਡਾਕਟਰਾਂ ਨੇ ਉਹਨਾਂ ਨੂੰ ਫਿੱਟ ਘੋਸ਼ਿਤ ਕਰਨ ਦੇ ਬਾਅਦ ਹਾਲ ਹੀ ਵਿੱਚ ਯਾਦਵ ਨੂੰ ਏਮਸ ਦਿੱਲੀ ਤੋਂ ਰਾਂਚੀ ਵਿੱਚ ਟ੍ਰਾਂਸਫਰ ਕਰ ਦਿੱਤਾ ਸੀ। ਆਈਟੀ ਮੇਜਰ ਇਨਫੋਸਿਸ ਲਿਮਿਟਡ ਨੇ ਘੋਸ਼ਣਾ ਕੀਤੀ ਹੈ ਕਿ ਇੱਕ ਇੰਡੀਪੈਂਡੈਂਟ ਡਾਇਰੈਕਟਰ ਰਵੀ ਵੈਂਕਟੇਸ਼ਨ ਬੋਰਡ ਤੋਂ ਰੋਮਾਂਚਕ ਨਵੀਂ ਭੂਮਿਕਾ ਸਵੀਕਾਰ ਕਰਨ ਦੇ ਲਈ ਕਦਮ ਉਠਾਉਣਗੇ। ਵੈਂਕਟੇਸ਼ਨ ਜੋ 2011 ਤੋਂ ਇੱਕ ਇੰਡੀਪੈਂਡੈਂਟ ਡਾਇਰੈਕਟਰ ਰਹੇ ਹਨ ਨੇ ਅਗਸਤ 2017 ਵਿੱਚ ਨੰਦਨ ਨੀਲਕਨੀ ਚੇਅਰਮੈਨ ਬਣੇ, ਜਦ ਇਸ ਜ਼ਿੰਮੇਵਾਰੀ ਨੂੰ ਬਦਲਣ ਤੋਂ ਪਹਿਲੇ ਕੋ ਚੇਅਰਮੈਨ ਦੇ ਰੂਪ ਤੇ ਸੰਖੇਪ ਵਿੱਚ ਸਰਵਿਸ ਦਿੱਤੀ ਸੀ। ਸੀਨੀਅਰ ਪੁਲਿਸ ਆਫਿਸਰ ਹਿਮਾਂਸ਼ੂ ਰੋਏ ਨੇ ਕਠਿਤ ਤੌਰ ਤੇ ਆਪਣੇ ਘਰ ਸ਼ੂਟ ਕਰਕੇ ਆਤਮਹੱਤਿਆ ਕਰ ਲਈ ਹੈ। ਰੋਏ ਜੋ ਕੈਂਸਰ ਤੋਂ ਪੀੜਿਤ ਸੀ ਪਿਛਲੇ ਕਈ ਮਹੀਨਿਆਂ ਤੋਂ ਮੈਡੀਕਲ ਛੁੱਟੀ ਦੇ ਸੀ। ਉਹਨਾਂ ਦੀ ਮੌਤ ਦੇ ਸਮੇਂ ਰੋਏ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਸੀ। ਸਨਰਾਈਜ਼ਰਸ ਹਾਇਦਰਾਬਾਦ ਦੇ ਖਿਲਾਫ ਰਿਸ਼ਭ ਪੰਤ ਦੀ ਨਾਬਾਦ ਸੈਂਚਰੀ ਤੋਂ ਸਾਬਕਾ ਭਾਰਤ ਦੇ ਕੈਪਟਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਦਿੱਲੀ ਡੇਅਰਡੇਵਿਲਸ ਦੇ ਵਿਕਟ ਕੀਪਰ ਬੈਟਸਮੈਨ ਜਲਦ ਹੀ ਨੈਸ਼ਨਲ ਟੀਮ ਦੇ ਲਈ ਖੇਲਣਗੇ। ਪੰਤ ਨੇ ਟੂਰਨਾਮੈਂਟ ਦੇ ਬੈਸਟ ਬੋਲਿੰਗ ਹਮਲੇ ਨੂੰ ਡਿਮੋਲਿਸ਼ ਕਰ ਦਿੱਤਾ, ਜਿਸ ਵਿੱਚ ਸੈਂਸੇਸ਼ਨਲ 63 ਗੇਂਦਾਂ ਵਿੱਚ 128 ਨੋਟ ਆਊਟ ਬਣਾਏ, ਜੋ ਇੱਕ ਭਾਰਤੀ ਦੁਆਰਾ ਸਭ ਤੋਂ ਜ਼ਿਆਦਾ T20 ਸਕੋਰ ਸੀ। ਫਿਲਮ ਮੇਕਰ ਐਕਟਰ ਫਰਾਨ ਅਖਤਰ ਨੇ ਟਵਿੱਟਰ ਦੇ ਮੈਨੇਜਮੈਂਟ ਵਿੱਚ ਇੱਕ ਜਾਇਬ ਲਗਾਇਆ ਅਤੇ ਕਿਹਾ ਹੈ ਕਿ ਮਾਈਕਰੋ ਬਲੌਗਿੰਗ ਸਾਈਟ ਤੇ ਬਲਾਤਕਾਰ ਅਤੇ ਮੌਤ ਦੀ ਧਮਕੀਆਂ ਨੂੰ ਅਨੁਮਤੀ ਨਹੀਂ ਦਿੱਤੀ ਜਾਣੀ ਚਾਹੀਦੀ ਜਾਂ ਉਹਨਾਂ ਨੂੰ ਬਿਨਾਂ ਸਜ਼ਾ ਦਿੱਤੇ ਨਹੀਂ ਛੱਡਣਾ ਚਾਹੀਦਾ ਹੈ। ਅਦਾਕਾਰਾ ਰਿਚਾ ਚੱਡਾ ਨੇ ਹਿੰਦੁੱਤਵ ਤੇ ਉਹਨਾਂ ਦੀ ਰਾਏ ਦੇ ਲਈ ਲਗਾਤਾਰ ਮੌਤ ਅਤੇ ਬਲਾਤਕਾਰ ਦੇ ਖਤਰਿਆਂ ਦੇ ਬਾਰੇ ਵਿੱਚ ਗੱਲ ਕਰਨ ਦੇ ਬਾਅਦ ਉਹਨਾਂ ਦਾ ਇਹ ਟਵੀਟ ਆਇਆ ਹੈ। ਸਾਡੇ ਨਾਲ ਜੁੜੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ। ਇੰਡੀਅਨ ਟਾਈਮਸ ਦਿੱਲੀ .com ਵਿੱਚ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅਮਰੀਕਾ ਦੀਆਂ 10 ਮੁੱਖ ਖਬਰਾਂ ਹਨ। US ਨੇ ਭਾਰਤ ਤੇ ਆਰੋਪ ਲਗਾਇਆ ਹੈ ਕਿ ਉਹ WTO ਵਿੱਚ ਆਪਣੇ ਗੇਹੂੰ ਅਤੇ ਪੈਡੀ ਕਿਸਾਨਾਂ ਨੂੰ ਭਾਰੀ ਸਮਰਥਨ ਪ੍ਰਦਾਨ ਕਰਦਾ ਹੈ ਕਿਉਂਕਿ ਇਸ ਦੀ ਸੌਪਸ ਪਰਮਿਸਿਬਲ ਲਿਮਿਟ ਨੂੰ ਵਧਾ ਦਿੱਤਾ ਹੈ। US ਨੇ ਦਾਅਵਾ ਕੀਤਾ ਹੈ ਕਿ ਭਾਰਤ ਦਾ ਮਾਰਕੀਟ ਪ੍ਰਾਈਸ ਸਮਰਥਨ ਆਊਟਪੁੱਟ ਵੈਲਿਊ ਤੇ 76.9% ਜਿੰਨਾ ਸੀ। US ਹਾਊਸ ਆਫ ਇੰਟੈਲੀਜੈਂਸ ਕਮੇਟੀ ਦੇ ਡੈਮੋਕ੍ਰੈਟਸ ਨੇ 2016 US ਪ੍ਰੈਜ਼ੀਡੈਂਸ਼ੀਅਲ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਰਸ਼ੀਆ ਦੁਆਰਾ ਫੇਸਬੁੱਕ ਤੇ ਚਲਾਏ ਗਏ ਹਜ਼ਾਰਾਂ ਐਡਸ ਰਿਲੀਜ਼ ਕੀਤੇ ਹਨ। ਰਸ਼ੀਆ ਆਧਾਰਿਤ ਇੰਟਰਨੈਟ ਰਿਸਰਚ ਏਜੰਸੀ ਦੁਆਰਾ ਖਰੀਦੇ ਗਏ 11.4 ਮਿਲੀਅਨ ਤੋਂ ਜ਼ਿਆਦਾ US ਯੂਜ਼ਰਸ ਨੂੰ 3,519 ਇਸ ਤਰ੍ਹਾਂ ਦੀ ਐਡ ਸਾਹਮਣੇ ਆਏ ਨੇ। ਇੰਡੀਅਨ ਸਟੇਟ ਰਿਫਾਈਨਰ ਇੰਡੀਅਨ ਆਇਲ ਕਾਰਪ ਨੇ ਜੂਨ ਵਿੱਚ ਲੋਡ ਹੋਣ ਦੇ ਲਈ 3 ਮਿਲੀਅਨ ਬੈਰਲ US ਕਰੂਡ ਖਰੀਦੇ ਹਨ ਕਿਉਂਕਿ ਏਸ਼ੀਆ ਦੇ US ਆਇਲ ਦੇ ਲਈ ਆਰਬਿਟਰੇਜ ਖੋਲਿਆ ਗਿਆ ਹੈ। US ਤੋਂ ਵੱਧਦੇ ਪ੍ਰੋਡਕਸ਼ਨ ਅਤੇ ਸਪਲਾਈਜ਼ ਨੇ ਛੂਟ ਨੂੰ ਵਧਾ ਦਿੱਤਾ ਹੈ, ਜਿਸ ਤੋਂ US ਦੇ ਕਰੂਡ ਆਇਲ ਆਯਾਤ ਕਰਨ ਦੇ ਲਈ ਆਰਬਿਟਰੇਜ ਇਕਨੋਮਿਕਸ ਫੀਸਿਬਲ ਹੈ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀਨ ਨੀਲਸਨ ਨੂੰ ਇੱਕ ਹੀਟਡ ਕੈਬਨਿਟ ਮੀਟਿੰਗ ਵਿੱਚ ਫਸਾਇਆ ਹੈ। ਇਲੀਗਲ ਬਾਰਡਰ ਕ੍ਰਾਸਿੰਗ ਕਰਨ ਤੋਂ ਰੋਕਣ ਵਿੱਚ ਅਸਫਲ ਹੋਣ ਦੇ ਵਜ੍ਹਾ ਤੋਂ ਉਹਨਾਂ ਦੇ ਖਿਲਾਫ ਗੁੱਸਾ ਹੋਈ ਹੈ। ਰਿਪੋਰਟ ਨੇ ਸੁਝਾਅ ਦਿੱਤਾ ਹੈ ਕਿ ਐਪੀਸੋਡ ਨੇ ਅਸਤੀਫੇ ਦੇ ਕਗਾਰ ਤੇ ਨੀਲਸਨ ਛੱਡ ਦਿੱਤਾ ਹੈ। ਹਜ਼ਾਰਾਂ ਇੰਡੋਨੇਸ਼ੀਅਨ ਮੁਸਲਮਾਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜੇਰੂਸਲਮ ਦੀ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਵਿੱਚ ਮਾਨਤਾ ਦੇਣ ਦੇ ਲਈ ਇੱਕ ਰੈਲੀ ਦਾ ਆਯੋਜਨ ਕੀਤਾ ਹੈ, ਜੋ ਸ਼ਹਿਰ ਦੇ US ਐਮਬੈਸੀ ਦੇ ਰੀਲੋਕੇਸ਼ਨ ਤੋਂ ਪਹਿਲੇ ਹੈ। ਕੁਝ 5,000 ਲੋਕ ਜਕਾਰਤਾ ਦੇ ਨੈਸ਼ਨਲ ਮੋਨੂਮੈਂਟ ਅਤੇ ਅਨਫੋਲਡ ਪੈਲੇਸਟੀਨ ਝੰਡੇ ਵਿੱਚ ਆ ਗਏ। ਵਾਸ਼ਿੰਗਟਨ ਦੇ ਇਸ ਤਰ੍ਹਾਂ ਦੇ ਮੈਜਰਸ ਦੇ ਬਾਅਦ ਪਾਕਿਸਤਾਨ ਨੇ US ਡਿਪਲੋਮੈਟਸ ਦੇ ਅੰਦੋਲਨ ਤੇ ਰੈਸੀਪ੍ਰੋਕਲ ਰੈਸਟ੍ਰਿਕਸ਼ਨ ਲਗਾਏ ਹਨ। US ਨੇ ਪਹਿਲੇ ਪਾਕਿਸਤਾਨੀ ਡਿਪਲੋਮੈਟਸ ਤੋਂ ਵਾਸ਼ਿੰਗਟਨ ਵਿੱਚ ਐਮਬੈਸੀ ਅਤੇ 4 ਕੌਂਸੂਲੇਟਸ ਤੋਂ ਉਹਨਾਂ ਦੇ ਪਦ ਤੇ ਸ਼ਹਿਰ ਦੇ 25 ਮਾਈਲ ਦੇ ਅੰਦਰ ਰਹਿਣ ਦੇ ਲਈ ਕਿਹਾ ਸੀ ਅਤੇ ਪ੍ਰਿਸਕ੍ਰਾਈਬ ਲਿਮਿਟ ਤੋਂ ਅੱਗੇ ਵਧਣ ਤੋਂ ਪਹਿਲੇ ਅਨੁਮਤੀ ਲੈਣੀ ਸੀ। ਨਾਈਜਰ ਵਿੱਚ US ਅਤੇ ਲੋਕਲ ਫੋਰਸਿਸ ਦੇ ਪਿਛਲੇ ਸਾਲ ਦੇ ਘਾਤਕ ਹਮਲੇ ਦੀ ਕੰਪ੍ਰੀਹੈਂਸਿਵ ਜਾਂਚ ਨੇ ਅਵੋਇਡੇਬਲ ਬਲੰਡਰਸ ਦੀ ਇੱਕ ਸ਼ੰਕਲਾ ਨੂੰ ਉਜਾਗਰ ਕੀਤਾ, ਜਿਸ ਤੋਂ ਹਮਲਾ ਹੋਇਆ। 4 ਅਮਰੀਕਨ ਸੈਨਿਕ ਅਤੇ ਨਾਈਜੀਰੀਅਨ ਪਾਰਟਨਰ ਫੋਰਸਿਸ ਦੇ 4 ਮੈਂਬਰਸ ਦੀ ਮੌਤ 4 ਅਕਤੂਬਰ ਦੇ ਹਮਲੇ ਵਿੱਚ ਹੋਈ ਸੀ, ਜਦ ਜਿਹਾਦੀਆਂ ਨੇ ਨਾਈਜਰ ਵਿੱਚ ਆਪਣੇ ਕਾਫਲਿਆਂ ਤੇ ਕਬਜ਼ਾ ਕਰ ਲਿਆ ਸੀ। ਇਰਾਨ ਨਿਊਕਲੀਅਰ ਸਮਝੌਤੇ ਤੋਂ ਪ੍ਰੈਜ਼ੀਡੈਂਟ ਟਰੰਪ ਦੀ ਵਾਪਸੀ ਦੇ ਬਾਵਜੂਦ ਵਾਈਟ ਹਾਊਸ ਨੇ ਜਾਰੀ ਰੱਖਣ ਦੇ ਲਈ ਇਰਾਨ ਦੀ ਨਿਊਕਲੀਅਰ ਸਾਈਟਾਂ ਦੇ ਘੁਸਪੇੜ ਦੇ ਇਨਸਪੈਕਸ਼ਨ ਦੀ ਮੰਗ ਕੀਤੀ ਹੈ। ਅਧਿਕਾਰੀ ਇਸ ਗੱਲ ਤੇ ਸੰਦੇਹ ਕਰ ਰਹੇ ਹਨ ਕਿ ਇਹ ਕਿੰਨੇ ਸਮੇਂ ਤੱਕ ਜੀਵਿਤ ਰਹਿ ਸਕਦੇ ਹਨ, ਖਾਸ ਕਰ ਜੇ US ਇਰਾਨ ਵਿੱਚ ਬਿਜ਼ਨਸ ਕਰਨ ਵਾਲੀ ਯੂਰੋਪੀਅਨ ਕੰਪਨੀਆਂ ਤੇ ਸੈਂਕਸ਼ਨਸ ਲੰਘਾਉਂਦਾ ਹੈ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ ਰੀਨਿਊਬਲ ਐਨਰਜੀ ਸੈਕਟਰ ਵਿੱਚ 8 ਅਮਰੀਕਨ ਰਾਜਿਆਂ ਦੀ ਨੀਤੀਆਂ ਦੇ ਸੰਬੰਧ ਵਿੱਚ US ਦੇ ਖਿਲਾਫ ਉਠਾਏ ਗਏ ਵਿਵਾਦ ਨੂੰ ਹੱਲ ਕਰਨ ਦੇ ਲਈ ਇੱਕ ਪੈਨਲ ਸਥਾਪਿਤ ਕੀਤਾ ਹੈ। ਭਾਰਤ ਨੇ ਆਰੋਪ ਲਗਾਇਆ ਸੀ ਕਿ 8 ਅਮਰੀਕਨ ਰਾਜਿਆਂ ਦੁਆਰਾ ਲਗਾਈ ਗਈ ਡੋਮੈਸਟਿਕ ਕੰਟੈਂਟ ਰਿਕੁਆਇਰਮੈਂਟ ਨੋਰਮਸ ਗਲੋਬਲ ਟ੍ਰੇਡ ਰੂਲਸ ਦੇ ਨਾਲ ਇਨਕਨਸਿਸਟੈਂਟ ਹੈ। ਲਾਸ ਏਂਜਲਿਸ 2015 ਵਿੱਚ ਇੱਕ ਬੇਘਰ ਆਦਮੀ ਦੀ ਘਾਤਕ ਪੁਲਿਸ ਸ਼ੂਟਿੰਗ ਦੇ ਇੱਕ ਸਿਵਲ ਮੁਕੱਦਮੇ ਦਾ ਨਿਪਟਾਰਾ ਕਰਨ ਦੇ ਲਈ $2 ਮਿਲੀਅਨ ਦਾ ਭੁਗਤਾਨ ਕਰਨ ਤੇ ਸਹਿਮਤ ਹੋ ਗਿਆ ਹੈ, ਜੋ ਇੱਕ ਆਨਲਾਈਨ ਵੀਡੀਓ ਵਿੱਚ ਵਾਇਰਲ ਹੋ ਗਿਆ ਸੀ। ਕੈਮਰੂਨ ਦੇ ਮੂਲ ਨਿਵਾਸੀ ਕਿਉਨਾਂਗ ਨੂੰ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਲਾਸ ਏਂਜਲਿਸ ਦੀ ਸਕਿਡ ਰੋ ਵਿੱਚ ਇੱਕ ਰੋਬਰੀ ਦੀ ਰਿਪੋਰਟ ਦੇ ਜਵਾਬ ਵਿੱਚ ਅਧਿਕਾਰੀਆਂ ਦੇ ਨਾਲ ਘਬਰਾ ਗਿਆ ਸੀ।
ਇਸ ਦੇ ਨਾਲ ਸਾਡਾ ਨਿਊਜ਼ ਬੁਲੇਟਿਨ ਹੁਣ ਸਮਾਪਤ ਹੁੰਦਾ ਹੈ। ਤੁਸੀਂ ਇੰਡੀਅਨ ਟਾਈਮਸ ਦਿੱਲੀ 'ਤੇ ਲੋਕਡਾਊਨ ਰਹੋ ਕਿਉਂਕਿ ਅੱਗੇ ਅਸੀਂ ਲੈ ਕੇ ਆ ਰਹੇ ਹਾਂ ਬਾਲੀਵੁੱਡ ਦੀਆਂ ਖਬਰਾਂ। ਇਹਦੇ ਇਲਾਵਾ ਉਸ ਪੋਰਟਲ 'ਤੇ ਅਕਾਊਂਟਿੰਗ ਫਰਮਸ ਤੋਂ ਲੈ ਕੇ ਵੈਡਿੰਗ ਪਲਾਨਰਸ ਤੱਕ ਸਾਰੇ ਅਮਰੀਕਨ ਬਿਜ਼ਨਸਿਸ ਐਂਡ ਰਿਸੋਰਸਿਸ ਨੂੰ ਲੱਭ ਸਕਦੇ ਹਨ। ਇੰਡੀਅਨ ਟਾਈਮਸ ਦਿੱਲੀ ਸਾਰੇ ਚਾਹੁੰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸ਼ੁਭ ਅਤੇ ਖੁਸ਼ਗਵਾਰ ਗੁਜ਼ਰੇ। Bollywood actress Kangana Ranaut lived up to her bold and beautiful image as she made her Cannes Film Festival red carpet debut in a sheer, embellished and backless gown on Thursday. The actress wore a Zuhair Murad creation with hair in a messy bun with minimalistic but dramatic eye makeup. Deepika, after continuous teasing her fans on Instagram, finally shared her red carpet look too. She too chose a Zuhair Murad creation in a white transparent outfit, loose wavy tresses and minimal makeup. Aishwarya Rai Bachchan, Sonam Kapoor are yet to arrive at the French Riviera. Huma Qureshi and Malika Sharawat too appeared on the red carpet besides Kangana and Deepika. Bollywood actor Salman Khan star a high-octane action film, Race 3 is the much-awaited film this year. After introducing all the characters of Race 3 by its posters, few days back, Salman shared two posters. In one of the posters, Salman is holding the Sri Lankan beauty Jacqueline in an embrace while he holds a gun. And another, Jacqueline is striking a sensuous pose with actor Bobby Deol. Well, it looks like Jacqueline has an interesting role in the film. But what do you think? With whom Jacqueline is looking the best, Salman or Bobby? Co-presented by Tips Films and Salman Khan Films, Race 3 is produced by Ramesh S. Thorani, shot in Bangkok and Mumbai along with Abu Dhabi. The third installment of Race franchise is slated to release in June around Eve.